ਲੋਈ ਤੇ ਪਹੁੰਚ ਗਈ ਮਸ਼ੀਨ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਲਓ ਜੀ ਬਾਈ, ਅੱਜ ਆਪਣੇ ਸ਼ੁਰੂਆਤ ਕਰਨ ਲੱਗੇ ਹਾਂ ਅੰਬ ਵਾਲੀ ਮੋਟਰ 'ਤੇ, ਅਤੇ ਬੀਜ ਰੱਖਣਾ ਆਪਣਾ ਦੋ ਟਰਾਲੀਆਂ, ਇੱਕ ਇਹ ਬੀਜ ਪਾਸ ਹੋਇਆ ਵਾ ਉਹਨਾਂ ਨੂੰ ਦੇਣਾ, ਕੁਛ ਆਪਣੇ ਰੱਖਣਾ, ਉਹ ਖੜਿਆ ਟਰੈਕਟਰ, ਅਤੇ ਇੱਧਰ ਮੱਥਾ ਟੇਕ ਕੇ ਕਰਦੇ ਹਾਂ ਉਦਘਾਟਨ। ਰੱਬ ਵੀ ਆਉਣੇ ਵਾਲਾ ਤਿਆਰ ਹੈ, ਪੱਲੜ ਪੱਲੜ ਨਾਲੇ ਲੈਂਦੇ। ਲਓ ਬਾਈ ਕਰ ਦਿਓ ਕਿਰਪਾ, ਰੋਟੀ ਖਾ ਲਾ ਤੂੰ, ਇੱਕ ਜੇ ਮੈਂ ਲਾਉਂਦਾ ਕਰਦਾ। ਅਰਦਾਸ ਕਰਨ ਤੋਂ ਪਹਿਲਾਂ ਇਹ ਬਾਈ ਤਗੜਾ, ਬਾਕੀ ਬੰਦੇ ਆਪਣੇ ਪਹੁੰਚ ਰਹੇ ਮੌਕੇ ਪਰ ਦੱਸਿਆ ਬੱਦਲ ਨੂੰ ਦੇਖ ਕੇ ਵੀ ਆ ਜਾਓ ਇੱਥੇ, ਠੀਕ ਹੈ, ਕੋਈ ਕਿੱਥੇ ਗਿਆ ਪਤਾ, ਕਹਿੰਦੇ ਆ ਗਏ। ਹੋਰ ਬੰਦੇ ਆਉਂਗੇ ਉਹਨਾਂ ਨੂੰ ਖੜਾ ਦੇ, ਠੀਕ ਹੈ। ਆ ਫੜੋ ਬਾਈ ਕਰਨ ਲਿਆ ਰਿਹਾ, ਮੈਂ ਲਾਉਂਦਾ ਗੇੜਾ। ਉਹ ਆ ਗਿਆ ਹਰਸ਼ਵੀਰ, ਹਰਸ਼ਵੀਰ ਹੈ ਕਿ ਕੌਣ, ਫੜੋ ਤਾਂ ਲਓ ਬਾਹਰ ਜ਼ਿਆਦਾ ਖਾਂਦਾ, ਉਹ ਪਹੁੰਚ ਰਹੇ ਬੰਦੇ ਸਾਹਮਣੇ, ਦੂਜੀ ਕਮੈਨ ਵੀ ਉਹ ਪਹੁੰਚ ਗਏ, ਉੱਧਰ ਆਸ਼ੂ ਵੀ ਆ ਗਿਆ। ਚੱਲ ਠੀਕ ਹੈ, ਗੇੜਾ ਦੇ ਕੇ ਇਧਰਲੇ ਖੇਤ ਚ ਪਾੜ ਲਈ। ਇੱਧਰ ਪਹੁੰਚੇ ਹੋਏ ਨੇ ਆਸ਼ੀ ਵੀਰਾ, ਲਓ ਜੀ ਤੇ ਮਿਲੋ ਆਸ਼ੀ ਵੀਰ ਨੂੰ। ਠੀਕ ਆ ਜੀ ਬਾਈ, ਸਾਰਿਆਂ ਨੂੰ ਪਹੁੰਚ ਗਏ। ਹਾਂ ਹਾਂ ਠੀਕ ਹੈ, ਗੰਨੇ ਨੂੰ ਪਾਣੀ ਵੀ ਲਾ ਦਿਓ ਹੁਣ, ਕਣਕ ਵੱਢ ਕੇ ਮੋਟਰ 'ਚ ਲਾ ਦਿਓ ਪਾਣੀ, ਆਪਣੀ ਵੱਡੀ ਹੋਣੀ ਆ ਹਮੁੰ ਤਾਂ ਇਹਦਾ ਵੱਢ ਹੋਈ ਦੱਸ ਦਿਨ ਪਹਿਲਾਂ ਕਣਕ। ਨਾ ਨਾ ਆ ਵਿੱਚ ਵਿੱਚ ਨੂੰ ਹਰੀ ਆ, ਉੱਧਰ ਵਾਲੀ ਆ ਤਾਂ ਪੱਕ ਗਈ, ਉੱਧਰ ਵਾਲੇ 'ਚ ਰੇਬ ਆਪਾਂ ਕਹਿੰਦੇ ਜ਼ਿਆਦਾ ਪੈ ਗਿਆ, ਤਾਂ ਅੱਧਾ ਥੈਲਾ ਉੱਧਰ ਵਾਲੇ 'ਚ ਕਹਿੰਦੇ ਜ਼ਿਆਦਾ ਪੈ ਗਿਆ, ਇਹ ਤਾਂ ਠੀਕ ਆ।
ਉਹ ਅੱਧਰ ਆ ਜਿਹੜੀ ਖਾਲ ਤੇ ਉਧਰਲੀ ਸਾਈਡ ਬਦਲੀਆ ਦੇਖ ਕੇ ਆਪਾਂ ਕਹਿੰਦੇ ਵੱਧ ਲਈਏ ਬਦਲ ਦੇਖ ਤਾਂ ਲਓ ਇੱਧਰ ਨੂੰ ਮਿੱਠਾ ਕਰ ਲੋ ਤੁਸੀਂ ਇੱਧਰ ਨੂੰ ਲਿਆ ਮਸ਼ੀਨ ਮੈਂ ਇੱਧਰ ਨੂੰ ਆ ਗਿਆ ਮੈਂ ਇੱਧਰ ਤੇ ਲੱਗੂਗੀ ਉਹ ਭੈਣੀ ਵਾਲੀ ਸਾਈਡ ਤੇ ਨਹੀਂ ਇੱਧਰ ਤੇ ਗਿਆ ਤਾਂ ਪਾਪਾ ਕਹਿੰਦੇ ਇੱਧਰ ਤੇ ਲਾਉਣੀ ਆ ਆਹੀ ਭਰਨਾ ਬਸ ਕਿਹੜਾ ਆਹ ਟਰਾਲੀ ਚਾਰ ਗੀਲੇ ਵੱਢਣੇ ਆ ਹੁਣ ਤਾਂ ਸਾਰੇ ਪਤਾ ਨਹੀਂ ਹੁਣ ਦੇਖਦੇ ਆ ਬਿੱਡ ਲਾਇਆ ਹੀ ਨਹੀਂ ਹੈਗਾ ਪਰਸੋਂ ਚੌਥੇ ਤਾਂ ਕਹਿੰਦੇ ਆ ਬਿੱਡ ਲਾਉਣਾ ਬਿੱਡ ਲਾਉਣਾ ਲਾਇਆ ਹੀ ਪਰ ਰਾਤ ਖਾਸੀ ਲੇਟ ਆਏ ਆ ਰਾਤ ਬਹੁਤ ਰਾਤ ਹੁਣ ਵੱਢ ਕੇ ਫਿਰ ਲਾਉਂਗੇ ਨਾ ਬੱਦਲ ਵੀ ਆਇਆ ਨਾ ਉਹ ਆ ਗਏ ਡੂੜੀ ਵਾਲੀ ਡੂੜੀ ਵਾਲੀ ਚੱਲਣੀ ਆ ਸ਼ਾਇਦ ਮਾਸਟਰ ਜੀ ਦੇ ਚੱਲਣੀ ਆ ਉੱਧਰ
ਤੂੜੀ ਵਾਲੀ ਮਸ਼ੀਨ ਵੀ ਲੱਗ ਗਈ ਆਪਣੀ। ਰਾਜਾ ਅੰਕਲ ਉਹਨਾਂ ਦੇ ਮਾਸੜ ਕਹਿੰਦੇ ਨੇ ਜਿਹਨਾਂ ਨੂੰ, ਉਹ ਲੱਗ ਗਈ। ਇੱਧਰ ਵੀਰ ਜੀ ਆ ਗਿਆ, ਉਹ ਲੱਗੀ ਹੋਈ ਪਿੱਛੇ ਤੂੜੀ ਵਾਲੀ ਮਸ਼ੀਨ। ਇਹ ਰੱਖਣਾ ਇਹ ਬੀਜ ਢੋਲ ਚ ਪਾਉਣਾ ਆਪਣਾ ਨਾਲ ਅੱਛਾ ਚਲੋ ਬਸ ਬਸ ਜ਼ਿਆਦਾ ਐਕਟਿੰਗ ਨਹੀਂ ਕਰਦੇ। ਲਾ ਤੇ ਫਿਰ ਲਾਗਾ ਵੱਢਣਾ, ਮੈਂ ਕਿਹਾ ਲਾ ਤੇ ਲਾਗਾ ਵੱਢਣ ਦੇਖ ਲਓ ਫਿਰ। ਅੱਛਾ ਚੰਡੀ ਹੈ ਨਹੀਂ ਅਜੇ ਕੋਈ ਲਾਗ, ਦੋ ਕਿੰਨੇ ਡੱਕੇ ਵੱਢੇ ਆ ਦੱਸਿਓ। ਹਾਂ ਮਸ਼ੀਨ ਵੀ ਹੈਗੀ ਆ, ਉਹ ਵੀ ਹੈਗਾ। ਲਿਆਓ ਫਿਰ ਡੰਡੇ ਲਿਆਓ, ਰੋਡੇ ਵੱਢ ਰਹੇ ਆ ਹੁਣ। ਪਕੌੜੇ ਪਕੌੜੇ ਲਿਆਓ, ਸਮੋਸੇ। ਨਹੀਂ ਨਹੀਂ ਦੁਕਾਨ ਤਾਂ ਖੁੱਲੀ ਆ। ਉਹ ਰੱਖਣਾ ਹੈ ਬੀਜ ਘਰ ਵਾਸਤੇ, ਢੋਲ ਚ ਥੋੜਾ ਖਾਣ ਵਾਸਤੇ। ਹਾਂ ਬੀਜ ਕਹਿੰਦਾ ਖਾਣ ਵਾਸਤੇ ਰੱਖਣਾ, ਢੋਲ ਚ ਪਾਉਣੀ ਵਿੱਚ। ਤਾਂ ਕਹਿੰਦੇ ਜ਼ਿਆਦਾ ਨਿਆਣੇ ਪੜਾ, ਉਹ ਬੀਜ ਲੱਗਾ ਸ਼ਾਇਦ ਇਹਦੇ ਨਾਲ। ਉਹ ਤਾਂ ਕਹਿੰਦੇ ਬੱਚੇ ਨੂੰ ਜ਼ਿਆਦਾ ਪੜਾ ਦੇਣਾ, ਜ਼ਿਆਦਾ ਪੜ ਕੇ ਵੀ ਦਿਮਾਗ ਬਹੁਤ ਚੱਲ ਪੈਂਦੇ। ਹਾਂ ਠੀਕ ਹੈ। ਮੌਸਮ ਖਰਾਬ ਹੋ ਗਿਆ ਹੈ, ਮੌਸਮ ਤਾਂ ਹੀ ਤਾਂ ਭੱਜੇ ਆ ਹੁਣ। ਆਪਣੀ ਵੱਢ ਲਓ ਥੋੜੀ ਉਹਦੀ ਖਾਣ ਜੋਗੀ। ਨਹੀਂ ਤਾਂ ਲਾਈਵ ਹੋਣਾ ਤਾਂ ਅੱਜ ਹੋਰ ਕਿਆ, 1,00,000 ਸਬਸਕ੍ਰਾਈਬਰ ਹੋਏ ਉਹਦੀ ਪਾਰਟੀ ਕਰਨੀ ਸੀ ਉਰੇ, ਲਾਈਵ ਹੋ ਗਏ ਹੁਣ ਕਾਲੀ ਕਾਲੀ ਚ, ਹੁਣ ਬੰਦੇ ਨੀ ਆਏ ਬੱਦਲ ਕਰਕੇ। ਹਾਂ ਕਾਲੀ ਆ ਬਈ, ਛੇਤੀ ਛੇਤੀ ਵੱਢ ਲਈਏ।
ਚੱਲ ਰਹੀ ਮਸ਼ੀਨ ਮਾਰੋ ਮਾਰ, ਇੰਨੀਆਂ ਵੀ ਆ ਗਈਆਂ ਥੋੜ੍ਹੀਆਂ ਥੋੜ੍ਹੀਆਂ। ਦੂਆ ਟਰੈਕਟਰ ਘਰ ਛੱਡਿਆ, ਅਰਸ਼ੂ ਵੀ ਨੂੰ ਲਿਆਇਆ ਘਰ ਤੋਂ। ਹੋਰ ਜੀ ਮਿਲੋ ਜੀ ਇੱਧਰ, ਹਾਂਜੀ ਦੱਸੋ। ਇਹਨਾਂ ਦੇ ਦੱਸ ਕੇ ਹੋਏ ਜਦ ਪਾਰਟੀ ਨਹੀਂ ਕਰੀ ਨਾ, ਹੁਣ ਠੰਡਾ ਲੈ ਕੇ ਆਇਆ ਮੈਂ, ਵੈਸੇ ਟਰਾਲਾ ਲੈ ਕੇ ਆਇਆ, ਹਜੇ ਮੀਂਹ ਮੀਂਹ ਵੀ ਮੈਂ ਰੋਕਿਆ ਨਿਬੜੇ ਦੇ ਆਊਗਾ ਹੁਣ ਤਾਂ ਠੰਡਾ। ਟਾਈਮ ਤਾਂ ਹੈ ਨੀ ਹੁਣ ਬਿਲਕੁਲ ਵੀ, ਪਾਰਟੀ ਵੀ ਹੁਣ ਕਹਿੰਦੇ ਤੇ ਇੱਦਾਂ ਦਾ ਵੱਢਣੀ ਤੇ ਉਰੇ ਪਾਰਟੀ ਕਰਨੀ ਹੈ ਬਈ, ਹੁਣ ਟਾਈਮ ਤਾਂ ਜਮਾ ਹੀ ਨਹੀਂ ਹੈਗਾ, ਰੋਟੀ ਨਹੀਂ ਖਾਧੀ ਲੱਗਦੀ ਬੰਦੇ ਨੂੰ। ਹੋਰ ਕਿਆ, ਮੀਂਹ ਤਾਂ ਦੇਖ ਲਓ ਮੀਂਹ ਆਉਣੇ ਵਾਲਾ ਹੀ ਲੱਗਦਾ, ਕਿੰਨੀਆਂ ਤਾਂ ਆ ਗਈਆਂ, ਤੇਜ਼ ਹੋ ਗਈਆਂ। ਹੋਰ ਡਰ ਸੀ ਉਹੀ ਕੰਮ ਹੋ ਗਿਆ। ਇੱਧਰ ਤੂੜੀ ਵਾਲੀ
ਬਹੁਤ ਕੰਮ ਲੱਗਦਾ। ਇੱਧਰ ਦੇਖੋ ਖੇਤ ਦੀ ਸਫਾਈ ਐਨ ਕਰਦੀ, ਐਨ ਰਗੜਦਾ ਖੇਤ ਥੱਲੇ ਤੇ। ਹੋ ਗਿਆ ਨਾ ਹੁਣ ਤਾਂ ਨਹੀਂ ਬਣਦੀ, ਹੁਣ ਤਾਂ ਤੇਜ਼ ਆ ਗਿਆ ਜੈ ਦਿਖਦਾ ਵੀ ਉਹ ਤੁਹਾਨੂੰ ਇਹਦੇ ਵਿੱਚ ਉਦੋਂ ਕੁੱਕਣੀਆਂ ਪੈਂਦੀਆਂ। ਆਹ ਚੱਲਦੀ ਮਸ਼ੀਨ ਤੇਜ਼ ਹੋਈ ਜਾ ਰਿਹਾ ਹੌਲੀ ਹੌਲੀ। ਖੇਤ ਨਵੇੜਦਾ ਪਹਿਲਾਂ ਤਾਂ ਹੀ ਛੇਤੀ ਛੇਤੀ ਗਿੱਲੀ ਥੋੜ੍ਹੇ ਥੋੜ੍ਹੇ ਗਿੱਲੇ ਲਾਉਣ ਜਿੱਚ ਚਲਾ ਸਕੀ। ਹੁਣ ਆ ਗਿਆ ਤੇਜ਼ ਨੂੰ, ਆਹ ਬਣ ਗਈ ਟਰਾਲੀ ਇੱਕ। ਦੇਖਦੇ ਹੁਣ ਕੰਬਾਈਨ ਕਦ ਤੱਕ ਚੱਲਦੀ ਆ। ਖਿੱਚੀ ਪਈ ਆ ਮਸ਼ੀਨ ਹੁਣ ਤਾਂ ਪੂਰੀ। ਖਿੱਚ ਕੇ ਚੱਲ ਪਈ ਆ। ਜੇ ਘੰਟਾ ਹੋਰ ਮਿਲ ਜਾਵੇ ਤਾਂ ਸਾਰੀ ਉਹ ਵੱਢ ਹੋ ਜੂਗੀ। ਬੱਦਲ ਦੇ ਫੋਨ ਕਿੰਨਾ ਹੋ ਗਿਆ ਉੱਪਰ, ਲੋ ਜੀ ਤੇ ਪੱਲੜ ਵਛਾ ਦੀ ਛੇ ਛੇ ਤੇ। ਟੈਂਕ ਦਾ ਢੱਕਣ ਲਾ ਦਿਆ ਲਾ ਦਿਆ। ਪੁੱਤਰ ਦੇਖੋ ਕਿਵੇਂ ਘੋੜਦਾ, ਪੈ ਕੇ ਹਟਿਆ ਵੀ।
ਕਾਂਟਾ ਹੋਰ ਮਿਲ ਜਾਂਦਾ ਵੱਢ ਨਹੀਂ ਸਾਰੀ ਹਾਂ ਖੜ ਗਿਆ ਕੰਮ ਹੂੰ ਦੇਖੋ ਕਿਵੇਂ ਗਰਜਦਾ ਹੁਣ ਅੱਛਾ ਪਿੱਛੇ ਨੂੰ ਨਿਕਲ ਕੇ ਦਾਣੇ ਹਜੇ ਦੇਖਦੇ ਲੈਣ ਚੱਕ ਚੱਕ ਕੇ ਹਜੇ ਲੈਣ ਚੱਕ ਚੱਕ ਕੇ ਦੇਖਦੇ ਥੋੜਾ ਜਿਹਾ ਹੋਰ ਕਿਆ ਯਾਰ ਰੱਬ ਵੀ ਦੱਸ ਹੈ ਕਿਆ ਕਰੀ ਡਬਲ ਬਣਾਇਆ ਮਤਲਬ ਡਬਲ ਬਣਾਇਆ ਬਾਈ ਫੁੱਟਾ ਡੱਡੂ ਵਾਲਾ ਡੱਬਾ ਪਤਾ ਨੀ ਕੋਲੇ ਦਾ ਖਾ ਲੇ ਕਹਿੰਦੇ ਠੰਡਾ ਸਿਆ ਦੇ ਮੈਂ ਰੋਕ ਲੈਂਦਾ ਬਈ ਮੈਂ ਕਿਹਾ ਹੁਣ ਪਹਿਲਾਂ ਹਟ ਗਿਆ ਹੁਣ ਮੀਂਹ ਤਾਂ ਹਟ ਗਿਆ ਮਸ਼ੀਨ ਵੀ ਖੜਾ ਤੀ ਮਸ਼ੀਨ ਵੀ ਹਟ ਗਈ ਹੁਣ ਤੇਰਾ ਫੇਰ ਆ ਰਿਹਾ ਇੱਧਰ ਤੇ ਥੋੜਾ ਜਿਹਾ ਸਨੀ ਦੇ ਟਰਾਲੇ ਕਰਕੇ ਹੋ ਗਿਆ 2 ਕਿੱਲੇ ਫਾਲਤੂ ਬਣਾ ਗਿਆ ਨਹੀਂ ਤੇ 2 ਕਿੱਲੇ ਆਪਣੇ ਚੱਕ ਹੋ ਗਏ ਤੇ ਪਰ ਜਿਹੜਾ ਜਿੱਕਣਾ ਹੋਣਾ ਉਕਣੇ ਹੋਣਾ ਬਾਈ ਇੱਕਣਾ ਦਾ ਜਿੱਕਣਾ ਬਾਈ ਜਿੰਨਾ ਟਾਈਮ ਵੱਢ ਹੋਣੀ ਜਦ ਵੱਢ ਹੋਣੀ ਆ ਥੋੜਾ ਜਿਹਾ ਮੀਜ ਬੀਜ ਦਾ ਹੋ ਗਿਆ ਨਹੀਂ ਤੇ ਮੈਂ ਵੱਢ ਪਹਿਲਾਂ ਲੈਣੀ ਸੀ ਇਹ ਤਾਂ ਪੱਕੀ ਹੋਈ ਆ ਬੀਜ ਦਾ ਮੈਂ ਦੇਣਾ ਕਰਿਆ ਹੋਇਆ ਕਿਸੇ ਨੂੰ ਬੀਜ ਵਿਕਣਾ ਇਹ ਉਹਦੇ ਕਰਕੇ ਥੋੜਾ 2 ਆ ਜੀ ਇਹ 2 ਆ ਇੰਨੀ ਮਾੜੀ ਮੋਟੀ ਜਿਹੜੀ ਹੁਣ ਇਹਦੀ ਕਮੀ ਵਿੱਚ ਨੂੰ ਧੁੱਪ ਵੀ ਨਿਕਲ ਗਈ ਜਦ ਹੋਰ ਮੈਨੂੰ ਤਾਂ ਚੱਲ ਪਊਗੀ ਫੇਰ ਫੇਰ ਬਦਲ ਜਾ ਹੋ ਗਿਆ ਰਾਜੇ ਬਾਈ ਦੀ ਟਰਾਲੀ ਭਰੀ ਪਈ ਖੜ ਗਈ ਬੰਦੇ ਆਏ ਨੀ ਪ੍ਰਧਾਨ ਜੀ ਆਏ ਬੱਦਲ ਹੋਰ ਮੈਂ ਤਾਂ ਅਰਦਾਸ ਕਰਦਾ ਸਭ ਦੀ ਫਸਲ ਵੱਢ ਹੋ ਗਈ ਯਾਰ ਮੈਂ ਤਾਂ ਸਭ ਤੋਂ ਵੱਧ ਟੈਨਸ਼ਨ ਮੈਨੂੰ ਹੋਈ ਅਸੀਂ ਇੱਧਰ ਚੱਕਿਆ ਤੂੰ ਇੱਧਰ ਦੇ ਪਿੰਡ ਗੰਢ ਦੇ ਲਿਆ ਦੇਖੋ ਫੇਰ ਰਹਿ ਗਿਆ ਬਾਕੀ
ਫਤਿਹਗੜ੍ਹ ਸਾਹਿਬ ਵੱਲ ਵੀ ਪੈ ਗਿਆ ਕਈ ਜਗ੍ਹਾ ਤਾਂ ਗੜੇ ਹੀ ਪਏ ਆ, ਬਹੁਤ ਖਬਰਾਂ ਨਿਊਜ਼ ਆ ਰਹੀਆਂ, ਖਾਸ ਕੇ ਗੜੇ ਪਏ ਆ। ਹਾਂ ਉਹਨੂੰ ਕਰ ਰੱਬ ਨੇ ਵੱਢਣ ਨੀ ਦਿੱਤੀ ਹੁਣ ਫਿਰ ਕਿਆ ਕਰਨਾ, ਮੀਂਹ ਦਾ ਫੇਰ ਦੱਸਿਆ ਵਾ 6 ਵਜੇ ਕੋਈ ਕੋਈ ਹੈਗੇ ਆ ਐਂ ਤਾਂ ਵਿੱਚ ਨਰਮਾਈ ਹੋ ਗਈ, ਫਿਰ ਵੀ ਨਰਮਾਈ ਹੋ ਗਿਆ, ਪੰਦਰਾਂ ਦੇ ਮੇਰੇ ਦਾਣੇ ਖੰਡਾ ਤੇ ਆ ਗਿਆ, ਉਹ ਪਿੱਛੇ ਛਾਣਨੇ ਤੇ ਛੱਡ ਗਈ ਤਰਪਾਲ ਪਾ ਦੋ ਜਿਹੜਾ ਬੱਗੂ ਕੱਢਿਆ ਹੋਇਆ ਪਤਾ ਕਿਆ ਗੱਲ, ਦੋਹੇ ਟਰੈਕਟਰ ਇੱਧਰ ਨੂੰ ਲਿਆਏ, ਪਹਿਲਾਂ ਰਸਤਾ ਬਣਾਇਆ ਫਿਰ ਉਹਦਾ ਵੱਢ ਕੇ ਫਿਰ ਮੈਂ ਇਹਨੂੰ ਲੱਗ ਗਿਆ, ਮੈਂ ਚੱਲ ਹੁਣ ਇੱਧਰ ਆਇਆ ਇੱਧਰ ਦੀ ਸ਼ੁਰੂ ਕਰ ਦਿੰਦਾ। ਚੱਲਦੀ ਆ, ਬਦਲ ਵੀ ਹੋਇਆ ਵਾ, ਬੱਦਲ ਜ਼ਿਆਦਾ ਫੇਰ ਕਿੰਨੀਆਂ ਆ ਗਈਆਂ ਥੋੜੀਆਂ ਥੋੜੀਆਂ, ਫੇਰ ਚੇਤੀ ਪਹਿਲਾਂ ਦਾਣੇ ਪਾ ਕੇ ਘਰ ਪਹੁੰਚਾਈਏ। ਉਹ ਪੱਲੜ ਚੱਕਣਾ, ਇੱਟਾਂ ਪਈਆਂ ਉੱਚ ਬਹੁਤ, ਉਹ ਉਧਰੋਂ ਆ ਗਿਆ ਮੀਂਹ ਆ ਗਿਆ ਤੇਜ਼, ਵਿੱਚ ਨੂੰ ਤੇਜ਼ ਜਿਹਾ ਆ ਗਿਆ, ਤਾਂ ਹੁਣ ਵੀ ਕਿਣੀਆਂ ਪੈ ਰਹੀਆਂ ਪਰ ਹਨਾ ਬੱਦਲ ਅਜੇ ਫੇਰ ਇੱਧਰ ਨੂੰ ਆਈ ਜਾ ਰਿਹਾ, ਇੱਧਰਲੀ ਸਾਈਡ ਪਿੱਛੇ ਸਾਫ਼ ਆ, ਹੁਣ ਇੱਧਰ ਨੂੰ ਆ ਰਿਹਾ ਬੱਦਲ, ਪਾਣੀ ਜੀ ਫਿਰ ਤੋਂ ਹੋਣ ਲੱਗ ਗਈ, ਉਹ ਛੱਤਰੀ ਪਾ ਦੇਖੋ ਟੱਕਣੀ ਹੈ ਫੇਰ ਟੱਕ ਜਾਣੀ, ਚਲੋ
ਪੀਣ ਵਾਲਾ ਹੀ ਆ। ਮੌਕਾ ਨਹੀਂ ਦਿੱਤਾ, ਪਹਿਲਾਂ ਇੱਕ ਵਾਰ ਧੁੱਪ ਹਵਾ ਚੜ ਗਈ ਸੀ ਬੈਠਦੀ ਹੈ, ਪਰ ਫਿਰ ਆ ਗਿਆ ਇੱਧਰ ਨੂੰ ਚੜ ਕੇ, ਹੁਣ ਘਰੇ ਲੈ ਜਾਂਦੇ ਪਏ, ਹੁਣ ਤਾਂ ਉੱਕਣ ਵੱਢ ਨਹੀਂ ਹੋਣੀ। ਜੇ ਕਿਤੇ ਅੱਧਾ ਘੰਟਾ ਹੋਰ ਦੇ ਦਿੰਦਾ ਬਸ ਫਿਰ ਆਪਣਾ ਵੱਢ ਹੋ ਜਾਣੀ ਸੀ, ਅਸੀਂ ਪਿੱਛੇ ਹੀ ਥੋੜ੍ਹਾ ਲੇਟ ਹੋ ਗਏ। ਮੀਂਹ ਫਿਰ ਆ ਗਿਆ, ਚੱਲੀ ਟਰੈਕਟਰ ਦਾ ਭੇਜ ਤਿਆ ਹੋ ਜਾਂਦਾ। ਦੇਖੋ ਸਾਹਮਣੇ ਬਾਏ ਬਾਏ ਕੱਲ ਨੂੰ ਵੱਢੂਗੇ ਆਪਣੀ, ਦੇਖਦੇ ਆ ਹੁਣ। ਚਲੋ ਭਾਈ ਚੱਲੀਏ ਘਰ। ਮੀਂਹ ਅਲਝਾ ਦਿੰਦਾ ਕੰਮ ਨੂੰ ਬਹੁਤ ਵਧੀਆ, ਹੁਣ ਲਾਈਨ ਜੀ ਬਣਾਈ ਹੋਈ ਸੀ, ਅਲਝਾ ਦੇ ਕੰਮ ਨੂੰ। ਮੈਂ ਕੱਦਾ ਕਹੀ ਗਿਆ ਵੀ ਦਾਣੇ ਕੱਢ ਦੋ, ਤੇਜ਼ ਆ ਗਿਆ, ਪੂਰੇ 6 ਵਜੇ ਆਇਆ ਦੇਖ ਲੋ। ਹੁਣ ਸਭ ਪਾਸੇ ਹੋ ਗਿਆ, ਸ਼ੋਰ ਪਹਿਲਾਂ ਹੀ ਆ ਗਏ ਥੋੜ੍ਹਾ ਜਿਹਾ ਕਿਣ ਮਨਕਾਣੀ 'ਚ ਪੱਟੇ ਦਾ ਜੇ। ਹੁਣ ਦੇਖੋ ਪਾ ਗਾ ਫੁੱਲ ਸਪੀਡ 'ਚ, ਉਹ ਆ ਗਈ ਕੰਬਾਈਨ ਵੀ। ਫਿਰ ਵੀ ਟਾਈਮ ਜਿਹਨਾਂ ਨੇ ਪਹੁੰਚ ਗਿਆ, ਹੁਣ ਦੇਖ ਲਓ ਕਿੱਦਾਂ ਆ ਗਿਆ। ਮੈਂ ਕਹੀ ਗਿਆ ਇਹਨਾਂ ਨੂੰ ਤਾਂ ਤੋੜ ਲਓ ਤੋੜ ਲਓ ਤੋੜ ਲਓ। ਫੁੱਲ ਸਪੀਡਾਂ ਫੜ ਲਿਆ ਮਹੀਨੇ ਦਾ, ਅੰਦਰੇ ਕਰਨੀ ਪੈਣੀ ਮਸ਼ੀਨ। ਲਿਆਓ ਲਿਆਓ ਖਿੱਚ ਕੇ।
ਹੁਣ ਫੇਰ ਘਟ ਗਿਆ ਕਿਹੜਿਆ ਕਿਹੜਿਆ ਜਿਹਾ ਰਹਿ ਗਿਆ। ਲੋ ਬਾਈ ਖੇਤ ਚੋਂ ਘਰ ਆਏ ਅਤੇ ਆਪਣਾ ਰਿਸ਼ਤੇਦਾਰ ਆਇਆ ਹੋਇਆ ਜਗਦੀਪ ਦੀ ਮਾਸੀ ਦਾ ਮੁੰਡਾ ਅਤੇ ਜਿਹੜਾ ਵਿਆਹ 'ਚ ਆਪਾਂ ਗਏ ਤੇ ਇਹਦੇ ਨਾਲ ਬਾਈ ਐਂ ਦੱਸੋ ਵੀ ਆਹ ਮੁੰਡੇ ਨੂੰ ਤਾਂ ਜਾਣਦੇ ਹੀ ਆ ਅਤੇ ਉਹ ਸਹਿਬਾਜ ਸਿੰਘ। ਅੱਛਾ ਇਹ ਮੁੰਡਾ ਕਹਿੰਦਾ ਬਾਈ ਵੀਡੀਓ ਦੇਖਦਾ ਵੀ ਆ, ਕਹਿੰਦਾ ਮੈਂ ਵੀਡੀਓ ਵੀ ਬਣਾ ਕੇ ਲਿਆਉਣੀ ਹੈ। ਹੋਰ ਸੁਣਾਓ ਅੱਜ ਰੋਟੀ ਕਰੀ ਹੋ ਬਾਈ ਜਗਦੀਪ ਨੇ, ਆਪ ਦੇਖ ਲੋ ਉੱਥੇ ਬੈਠਿਆ ਮੁੰਡੇ ਰਿਸ਼ਤੇਦਾਰ ਦੀ ਸੇਵਾ ਨੀ ਕਰਨੀ ਹੈ। ਮੈਂ ਵੀ ਥੋੜਾ ਉਲਝਿਆ ਹੋਇਆ ਤਾਂ ਚੱਲਦੇ ਹਾਂ ਵੀ ਆਪਾਂ, ਮੈਂ ਕਿਹਾ ਸੇਵਾ ਪਾਣੀ, ਕਹਿੰਦੇ ਨਹੀਂ, ਕਹਿੰਦੇ ਵੀਰਾ ਤਾਂ ਹੈ ਨਹੀਂ। ਮੈਂ ਕਿਹਾ ਯਾਰ ਕਮਾਲ ਹੋ ਗਈ, ਅਸੀਂ ਹੈਗੇ ਹਾਂ, ਬਾਕੀ ਹੁਣ ਫੋਨ ਕਰਨ ਤੇ ਹਟ ਗਿਆ ਉਹਦਾ, ਫੋਨ ਚੱਕਦਾ ਵੀ ਨਹੀਂ ਆਇਆ। ਹਾਂ ਬਾਈ ਇੰਗਲੈਂਡ 'ਚ ਚਲੇ ਗਿਆ ਬੰਦਾ, ਦੱਸ ਹੈ ਨਹੀਂ ਉਹਦਾ ਵਟਸਐਪ ਖਰਾਬ ਹੋ ਗਿਆ ਨਾ। ਗੱਡੀ ਗੁੱਡੀ ਦੇਖ ਕੇ ਗਿਆ, ਪਾਪਾ ਦਾ ਤੇਰੇ ਦਾ ਦਿੰਦਾ ਫੋਨ ਕੇ ਨਹੀਂ, ਕਹਿੰਦਾ ਪਾਪਾ ਦਾ ਕਹਿੰਦਾ ਗੱਲੇ ਨੀ ਕਰਦਾ, ਕਹਿੰਦਾ ਮੌਤ ਲੱਗੀ ਹੋਈ ਆ ਫੋਨ ਦੀ। ਉਹ ਕਹਿੰਦਾ ਕਹਿੰਦਾ ਗੱਲ ਨੀ ਕਰਦਾ, ਉਹਨੂੰ ਫੋਨ ਖੇਡਣ ਨੂੰ ਮਿਲਿਆ ਹੋਇਆ ਵਧੀਆ। ਲੋ ਜੀ ਬਾਈ ਮਸ਼ੀਨ ਚੱਲਦੀ ਆਪਣੀ ਸਮਰਾਲੇ ਤੇ ਮੇਰੇ ਨਾਲ ਸਾਹਿਬਜੋਤ। ਸਮਰਾਲੇ ਬਾਈ ਮਸ਼ੀਨ ਚੱਲਦੀ, ਉਹ ਕਹਿੰਦੇ ਕਾਲਾ ਨੀ ਅੱਜ ਆਇਆ ਹੈਗਾ, ਮੈਂ ਥੋੜਾ ਜਾ ਅੱਜ ਥੋੜਾ ਜਿਹਾ ਨਾ ਪਤਲੀ ਕਰਕੇ, ਮੈਨੂੰ ਲੱਗਿਆ ਜਿਵੇਂ ਹਿਲ ਜੁਲ ਜ਼ਿਆਦਾ ਹੋ ਗਈ ਹੁੰਦੀ ਹੈ ਵੀ ਦਰਦ ਜਿਹਾ ਹੁੰਦਾ ਮੀਂਹ ਕਰਕੇ, ਤਾਂ ਕਰਕੇ ਮੈਂ ਕਿਹਾ ਵੀ ਉਹ ਹੁੰਦੇ, ਮੈਂ ਮਨ ਜਾ ਨੀ ਕਰਿਆ ਅੱਜ। ਦਵਾਈ ਲੈ ਕੇ ਹੁਣ ਜਾ ਰਹੇ ਹਾਂ ਸਮਰਾਲੇ, ਹੁਣ ਦੇਖਦਾ ਮਸ਼ੀਨ ਕੋਲ ਵੀ ਜਾ ਕੇ ਆਉਂਦੇ, ਮੜਾ ਗੇੜਾ ਮਾਰਿਆ ਉਹਨੇ ਵੀ ਕਿੱਥੇ ਕੀ ਚੱਲਦੀ ਹੈ। ਇੱਧਰ ਮੀਂਹ ਘੱਟ ਹੈ ਤੇ ਆਪਣੇ ਜ਼ਿਆਦਾ ਪੈ ਗਿਆ, ਇੱਧਰ ਨੂੰ ਫੇਰ ਜ਼ਿਆਦਾ ਪੈ ਗਿਆ, ਜਿਹੜੀਆਂ ਬਹੁਤ ਪਈ ਆ, ਗੜੇਵਾਰੀ ਬਹੁਤ ਹੋਈ ਆ ਬਈ, ਕਾਹਨੂੰ ਕਹਿੰਦੇ ਉਹ ਕਿੱਥੇ ਦੇ ਕਿਹੜੇ ਪਿੰਡ, ਮੋਗੇ ਵੱਲ ਦੇ ਨਾਲ ਪਿੰਡ ਤਾਂ ਬੱਲਾਂ ਛੱਡੀਆਂ ਹੀ ਨੀ ਦੇਖ ਲੈ। ਲੋਕ ਵੀ ਸੱਚੇ ਆ ਜਿਹੜੇ ਭੱਜ ਨੱਠ ਕਰਦੇ ਆ, ਆਪਾਂ ਕਹਿ ਦਿੰਦੇ ਵੀ ਕੋਈ ਨੀ, ਜਿੱਥੇ ਇੰਨਾ ਟਾਈਮ ਖੜ ਗਿਆ ਇੱਕ ਅੱਧਾ ਦਿਨ ਹੋਰ ਸਹੀ, ਆਹ ਚੀਜ਼ ਤੇ ਡਰ ਲੱਗਦਾ, ਹੋਰ ਰੱਬ ਤੇ ਡਰ ਲੱਗਦਾ, ਹੋਰ ਕੋਈ ਚੱਕਰ ਨੀ ਹੈਗਾ।
ਮਸ਼ੀਨਾਂ ਨੂੰ ਵੀ ਭੱਜ ਨੱਠ ਪੈ ਜਾਂਦੀ ਜਦ ਹੁਣ ਤੂੰ ਆਪਣੀ ਵੱਢਣ ਲੱਗਿਆ ਤਾ ਵੱਢਣ ਦਿੱਤੀ ਨਹੀਂ ਨਰ ਮੈਂ ਕਿਹੜਾ ਸਿਖਾਉਣੀ ਆ ਮੈਂ ਤਾਂ ਫਿਰ ਰੱਖਣੀ ਬੀਜ ਨੂੰ ਰੱਖਣੀ ਹੁੰਦੀ ਆ ਇਹ ਚੱਕਰ ਪੈ ਗਿਆ ਮੰਡੀ ਵਾਲੇ ਤਾਂ ਫੁੱਲ ਫੁੱਲ ਵੀ ਦਿੰਦੇ ਆ ਨਹੀਂ ਤੇ ਮੈਂ ਤਾਂ ਆ ਜਿਹੜੇ 10 ਕਿੱਲੇ 8-9 ਕਿੱਲੇ ਗੇਤੇ ਆ ਨਾ ਇਹ ਬੀਜ ਉਹਦੇ ਵਾਲਾ ਹੀ ਆ ਕੰਡਾ ਕਰਾ ਕੇ ਤਾਰ ਆਉਣਾ ਓਹਦੇ ਬੇਬੀ ਕੰਡਾ ਕਰਾਉਣਾ ਤਾਰ ਕੇ ਆਉਣਾ ਭੱਜ ਨਾ ਟਕਾ ਦੀ ਹਾਂ ਹਾਂ ਮੈਂ ਮੰਨ ਕੇ ਚੱਲ ਤੂੰ ਦਿਹਾੜੀ ਤੂੰ ਆਪਣੇ ਮੰਨ ਕੇ ਚੱਲ ਵੀ ਦਿਹਾੜੀ ਤੇਰੀ ਲੱਗਣੀ ਆ ਮਸ਼ੀਨ ਤੇ ਤਾਂ ਲੋਟ ਆਉਣਾ ਕੰਮ ਨਹੀਂ 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 ਦਿਹਾੜੀ ਦਾ ਕੋਈ ਚੱਕਰ ਨੀ ਹੈਗਾ ਹੁਣ ਜਿਵੇਂ ਮੈਂ ਕੱਲ ਮੈਂ 2 ਘੰਟਾ ਇੱਕ ਹੋਰ ਦੇ ਦਿੰਦਾ ਮੇਰੀ ਚੱਕ ਹੋ ਗਈ ਦੀ ਕਿਹੜੀ ਕਿਹੜੀ ਵੱਢ ਲਈ ਮੈਂ ਆਈ ਅੰਬ ਵਾਲੀ ਬੀਜ ਦੋਵਾਂ ਉਹ ਦੂਆ ਬਾਅਦ ਚ ਵੱਢਣਾ ਹੈ 2 ਕੁ ਦਿਨ ਅਟਕ ਕੇ ਵੱਢ ਲੈਂਦਾ ਠੀਕ ਹੈ ਇਹ ਬੀਜ ਵੱਢਣਾ ਦਾ ਮੈਂ ਠੀਕ ਹੈ ਕਿੱਲਾ ਵੱਢੋਗੇ ਕਦੋਂ ਐ ਤਾਂ 2 ਕਿੱਲੇ ਵੱਢ ਹੋ ਗਏ ਸਮਝ ਲੈ ਅੱਛਾ ਹਾਂ ਕਿੱਲੇ ਦਾ ਬੀਜ ਮੈਂ ਰੱਖ ਲਿਆ ਸਮਝਣਾ ਪੌਣੇ ਕਿੱਲੇ ਦਾ ਬਾਕੀ ਉਹਦੇ ਚ ਝਾੜ ਠੀਕ ਹੈ ਥੋੜਾ ਜਿਹਾ ਮੇਰੇ ਤੇ ਗਲਤੀ ਹੋ ਗਈ ਪਾਣੀ ਲੇਟ ਜਿਹੜਾ ਬਾਅਦ ਚ ਲਾਇਆ ਨਾ ਮੇਰੇ ਤੇ ਗਲਤ ਲੱਗ ਗਿਆ ਪਾਣੀ ਲਾਉਣਾ ਹੀ ਚਾਹੀਦਾ ਮਾਰਚ ਦੇ ਨਾ ਜੇ ਲਾਉਣਾ ਤਾਂ 5-7 ਦਿਨ ਵਿੱਚ ਲਾ ਲਵੇ ਪਹਿਲਾਂ ਚੜ੍ਹਦੇ ਮਾਰਚ ਨੂੰ ਤਾਂ ਦੇਖਿਆ ਨਹੀਂ ਰੇਕ ਬਾਈ ਸਾਡੀ ਮੋਟਰ ਚੱਲਦੀ ਹੁੰਦੀ ਹੈ ਨਾ ਐਤਕੀ ਮੈਂ 2 ਗੀਲਿਆਂ ਨੂੰ ਪਾਣੀ ਲਾਇਆ ਜਿਹੜੇ ਆਪਾਂ ਨੇ ਉਧਰ ਵੱਢੇ ਆ ਉਹ ਵੀ ਪਹਿਲਾਂ ਪਾਣੀ ਮੁੜ ਕੇ ਮੈਂ ਮੋਟਰਾਂ ਪਰ ਨਹੀਂ ਗਿਆ ਪਾਣੀ ਲਾਉਣ ਕਣਕ ਮੋਟੀ ਹੋ ਗਈ ਤੇਰੀ ਮੇਰੇ ਸਾਰੇ ਤੂੰ ਆਏ ਮੰਨ ਕੇ ਚੱਲ ਵੀ 23-24 ਦਾ ਝਾੜ ਆ ਸਾਰੇ ਮੈਂ 4 ਬਿਘੇ ਜਗ੍ਹਾ ਵੱਢੀ ਆ ਕੱਲ ਮੈਂ ਕੰਡਾ ਕਰਾ ਕੇ ਆਇਆ ਆਪਣੇ ਦਾ ਮੇਰੇ 19 ਕੁਇੰਟਲ ਤੁਲੇ ਆ 19 ਕੁਇੰਟਲ ਹੈਗਾ ਮੈਂ ਘਰਾਂ ਰੱਖਣਾ ਮੈਂ ਕੰਡਾ ਕਰਾਇਆ ਫਿਰ ਵੀ ਮੈਂ ਕਿਹਾ ਛੱਕ ਜਾ ਨਿਕਲ 4 ਬਿਘੇ ਜਗ੍ਹਾ ਬਿਘੇ ਦਾ ਸਮਝ 4 ਕੁਇੰਟਲ 75 ਕਿੱਲੋ ਬਣਦੀ ਆ 19-4 ਪਾ ਲਾ 23-24 ਦਾ ਬਣਦਾ ਫਿਰ ਜਿਹੜੀ ਸੂਰਾਂ ਨੇ ਮਿੱਧੀ ਵੀ ਉਹ ਲੱਗ ਆ ਮੈਂ ਉਹੀ ਗੱਲ ਕਹਿੰਦਾ ਵੀ ਫਰਕ ਤਾਂ ਪੈਂਦਾ ਏ ਉਹ ਚੀਜ਼ ਦਾ ਫਰਕ ਪੈ ਗਿਆ ਐਤਕੀ ਪਾਣੀ ਲਾਇਆ ਦਾਣਾ ਵੀ ਮੋਟਾ ਮੇਰਾ ਮੈਂ ਗਲਤੀ ਕਰਕੇ ਉਹਨੇ ਮੇਰੀ ਕਣਕ ਨਾ ਹਲਕੀ ਪਾ ਦੀ ਹਵਾ ਨੰਗੀ ਮੈਂ ਲਾ ਬੈਠਿਆ ਮੈਂ ਕਿਹਾ ਯਾਰ ਸੁੱਕ ਗਈ ਜ਼ਿਆਦਾ ਵੀ ਸੁੱਕ ਜਾਣਾ ਹਲੇ ਟਾਈਮ ਬਹੁਤ ਪਿਆ ਮੈਂ ਤਾਂ ਲਾ ਬੈਠਿਆ ਮੈਂ ਕਿਉਂ ਮੈਂ ਪਾਣੀ ਨੀ ਇੱਕ ਪਾਣੀ ਲਾ ਕੇ ਮੁੜ ਕੇ ਪਾਣੀ ਲੱਗਿਆ ਤਾ ਮੇਰਾ ਚਲੋ ਬਾਈ ਦੇਖਦੇ ਆ ਬਾਕੀ ਹਨੇਰਾ ਹੋਰ ਜਦ ਤੱਕ ਪਹੁੰਚਦੇ ਨੂੰ ਫਿਰ ਦਿਖਾਉਂਦੇ ਕਮੈਨ ਕਿੱਥੇ ਚੱਲਦੀ ਆ ਚੱਲਦੇ